ਲਗਜ਼ਰੀ ਗੱਡੀ ਤੇ ਆਏ ਵਪਾਰੀ ਮੰਗ ਰਹੇ ਭੀਖ, ਪੂਰੇ ਬਾਜ਼ਾਰ 'ਚ ਜੰਮ ਕੇ ਕੀਤਾ ਹੰਗਾਮਾ। ਤਾਂ ਦੱਸ ਦਈਏ ਕਿ ਲਗਜ਼ਰੀ ਗੱਡੀਆਂ ਦੇ ਵਿੱਚ ਆਏ ਵਪਾਰੀਆਂ ਨੇ ਪੂਰੇ ਬਾਜ਼ਾਰ ਦੇ ਵਿੱਚ ਪ੍ਰਦਰਸ਼ਨ ਕੀਤਾ, ਜਿੱਥੇ ਇਹ ਭੀਖ ਮੰਗਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਸੜਕ 'ਤੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਤਾਂ ਇਸ ਸੰਬੰਧੀ ਵਪਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਪਿਛਲੇ 15 ਸਾਲਾਂ ਤੋਂ ਵਾਇਲੇਸ਼ਨ ਮਿਸਯੂਜ਼ ਦੇ ਨੋਟਿਸ ਭੇਜ ਰਿਹਾ, ਜਦਕਿ ਉਹਨਾਂ ਦੇ ਵੱਲੋਂ ਸਿਰਫ ਨੀਡ ਬੇਸ ਚੇਂਜ ਹੀ ਕੀਤੇ ਗਏ ਨੇ, ਅਤੇ ਸਿਰਫ ਉਹਨਾਂ ਦੇ ਵੱਲੋਂ ਨਹੀਂ ਸਗੋਂ ਪੂਰੇ ਸ਼ਹਿਰ ਦੇ ਵੱਲੋਂ ਕੀਤੇ ਗਏ ਨੇ। ਤਾਂ ਅੱਜ ਇਹਨਾਂ ਦੇ ਵੱਲੋਂ ਇੰਡਸਟਰੀਅਲ ਏਰੀਆ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ। ਤਾਂ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹੁਣੇ ਵਪਾਰੀ ਕੱਲ੍ਹ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲ ਕੂਚ ਕਰਨਗੇ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਸੌਂਪਣਗੇ। ਤਾਂ ਵੱਡਾ ਪ੍ਰਦਰਸ਼ਨ ਇਹਨਾਂ ਵਪਾਰੀਆਂ ਦੇ ਵੱਲੋਂ ਕੀਤਾ ਗਿਆ, ਜਿੱਥੇ ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਤੇ ਆਉਂਦੇ ਨੇ ਅਤੇ ਹੱਥ ਦੇ ਵਿੱਚ ਭਾਂਡਾ ਫੜ ਕੇ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੂਰੇ ਬਾਜ਼ਾਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੰਡਸਟਰੀਅਲ ਏਰੀਆ ਵੀ ਬੰਦ ਕੀਤਾ ਗਿਆ ਸੀ। ਲਗਜ਼ਰੀ ਗੱਡੀ ਤੇ ਆਏ ਵਪਾਰੀ ਮੰਗ ਰਹੇ ਭੀਖ, ਪੂਰੇ ਬਾਜ਼ਾਰ 'ਚ ਜੰਮ ਕੇ ਕੀਤਾ ਹੰਗਾਮਾ। ਤਾਂ ਦੱਸ ਦਈਏ ਕਿ ਲਗਜ਼ਰੀ ਗੱਡੀਆਂ ਦੇ ਵਿੱਚ ਆਏ ਵਪਾਰੀਆਂ ਨੇ ਪੂਰੇ ਬਾਜ਼ਾਰ ਦੇ ਵਿੱਚ ਪ੍ਰਦਰਸ਼ਨ ਕੀਤਾ, ਜਿੱਥੇ ਇਹ ਭੀਖ ਮੰਗਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਸੜਕ 'ਤੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਤਾਂ ਇਸ ਸੰਬੰਧੀ ਵਪਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਪਿਛਲੇ 15 ਸਾਲਾਂ ਤੋਂ ਵਾਇਲੇਸ਼ਨ ਮਿਸਯੂਜ਼ ਦੇ ਨੋਟਿਸ ਭੇਜ ਰਿਹਾ, ਜਦਕਿ ਉਹਨਾਂ ਦੇ ਵੱਲੋਂ ਸਿਰਫ ਨੀਡ ਬੇਸ ਚੇਂਜ ਹੀ ਕੀਤੇ ਗਏ ਨੇ, ਅਤੇ ਸਿਰਫ ਉਹਨਾਂ ਦੇ ਵੱਲੋਂ ਨਹੀਂ ਸਗੋਂ ਪੂਰੇ ਸ਼ਹਿਰ ਦੇ ਵੱਲੋਂ ਕੀਤੇ ਗਏ ਨੇ। ਤਾਂ ਅੱਜ ਇਹਨਾਂ ਦੇ ਵੱਲੋਂ ਇੰਡਸਟਰੀਅਲ ਏਰੀਆ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ। ਤਾਂ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹੁਣੇ ਵਪਾਰੀ ਕੱਲ੍ਹ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲ ਕੂਚ ਕਰਨਗੇ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਸੌਂਪਣਗੇ। ਤਾਂ ਵੱਡਾ ਪ੍ਰਦਰਸ਼ਨ ਇਹਨਾਂ ਵਪਾਰੀਆਂ ਦੇ ਵੱਲੋਂ ਕੀਤਾ ਗਿਆ, ਜਿੱਥੇ ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਤੇ ਆਉਂਦੇ ਨੇ ਅਤੇ ਹੱਥ ਦੇ ਵਿੱਚ ਭਾਂਡਾ ਫੜ ਕੇ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੂਰੇ ਬਾਜ਼ਾਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੰਡਸਟਰੀਅਲ ਏਰੀਆ ਵੀ ਬੰਦ ਕੀਤਾ ਗਿਆ ਸੀ। ਲਗਜ਼ਰੀ ਗੱਡੀ ਤੇ ਆਏ ਵਪਾਰੀ ਮੰਗ ਰਹੇ ਭੀਖ, ਪੂਰੇ ਬਾਜ਼ਾਰ 'ਚ ਜੰਮ ਕੇ ਕੀਤਾ ਹੰਗਾਮਾ। ਤਾਂ ਦੱਸ ਦਈਏ ਕਿ ਲਗਜ਼ਰੀ ਗੱਡੀਆਂ ਦੇ ਵਿੱਚ ਆਏ ਵਪਾਰੀਆਂ ਨੇ ਪੂਰੇ ਬਾਜ਼ਾਰ ਦੇ ਵਿੱਚ ਪ੍ਰਦਰਸ਼ਨ ਕੀਤਾ, ਜਿੱਥੇ ਇਹ ਭੀਖ ਮੰਗਦੇ ਹੋਏ ਵੀ ਨਜ਼ਰ ਆ ਰਹੇ ਨੇ। ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਸੜਕ 'ਤੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਤਾਂ ਇਸ ਸੰਬੰਧੀ ਵਪਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਪਿਛਲੇ 15 ਸਾਲਾਂ ਤੋਂ ਵਾਇਲੇਸ਼ਨ ਮਿਸਯੂਜ਼ ਦੇ ਨੋਟਿਸ ਭੇਜ ਰਿਹਾ, ਜਦਕਿ ਉਹਨਾਂ ਦੇ ਵੱਲੋਂ ਸਿਰਫ ਨੀਡ ਬੇਸ ਚੇਂਜ ਹੀ ਕੀਤੇ ਗਏ ਨੇ, ਅਤੇ ਸਿਰਫ ਉਹਨਾਂ ਦੇ ਵੱਲੋਂ ਨਹੀਂ ਸਗੋਂ ਪੂਰੇ ਸ਼ਹਿਰ ਦੇ ਵੱਲੋਂ ਕੀਤੇ ਗਏ ਨੇ। ਤਾਂ ਅੱਜ ਇਹਨਾਂ ਦੇ ਵੱਲੋਂ ਇੰਡਸਟਰੀਅਲ ਏਰੀਆ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਗਿਆ। ਤਾਂ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹੁਣੇ ਵਪਾਰੀ ਕੱਲ੍ਹ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲ ਕੂਚ ਕਰਨਗੇ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਸੌਂਪਣਗੇ। ਤਾਂ ਵੱਡਾ ਪ੍ਰਦਰਸ਼ਨ ਇਹਨਾਂ ਵਪਾਰੀਆਂ ਦੇ ਵੱਲੋਂ ਕੀਤਾ ਗਿਆ, ਜਿੱਥੇ ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਤੇ ਆਉਂਦੇ ਨੇ ਅਤੇ ਹੱਥ ਦੇ ਵਿੱਚ ਭਾਂਡਾ ਫੜ ਕੇ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੂਰੇ ਬਾਜ਼ਾਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੰਡਸਟਰੀਅਲ ਏਰੀਆ ਵੀ ਬੰਦ ਕੀਤਾ ਗਿਆ ਸੀ।